ਹੁਣ ਜਨਾਬ ਦੇ ਸਾਹਮਣੇ ਨਫੀਸ ਅਦਾ ਕਰੇ ਬੈਰਨ ਸਾਹਿਬ ਜਨਾਬ ਦਾ ਸ਼ਫਕਤ ਅਬਾਸ ਸਾਹਿਬ ਗੁੰਦਲ ਆਪ ਮਣੀ ਬਹਾਵਤੀ ਨੂੰ ਕਿਤਾਬ ਫਰਮਾਣ ਕੇ ਉਹਨਾਂ ਦਾ ਅਦਾ ਕਰੇ ਇਮਰਾਨ ਅਬਾਸ ਨਾਦਮ ਸਾਹਿਬ ਸੈਯਦ ਮੁਸਤਫਾ ਸ਼ਾਹ ਸਾਹਿਬ ਉਹ ਕਿਤਾਬ ਫਰਮਾਣ ਦੇ ਸਲਵਾਤ ਬਾਬਾ ਸੇ ਬੁਲੰਦ ਪੜੋ ਪਾਕ ਕਰਦਾ 17 ਸਫਰ ਮੁਜ਼ਫਰ ਬਰਖਾਨ ਚੌਥ ਗਜ਼ਰ ਸੈਨ ਮਛਿਆਣਾ ਸਲਾਨਾ ਮੈਂ ਸਿਆਜ਼ਾ ਰਹੀ ਹੈ ਜਿਹਦੇ ਵਿੱਚ ਅਜ਼ਰ ਬਾਤ ਲਹਾੜਾ ਸਾਹਿਬ ਆਸਫ ਰਜ਼ਾ ਗੋਦਰ ਚੌਧਰੀ ਜਾਸ ਸਰ ਜਨਵੀ ਸਾਹਿਬ ਔਰ ਦੀਗਰ ਮੌਜ਼ਾ ਕਰੀਮ ਕਿਤਾਬ ਫਰਮਾਣ ਕੇ 17 ਸਫਰ ਮਛਿਆਣਾ ਸਲਾਨਾ ਮੈਂ ਸਿਆਜ਼ਾ ਰਹੀ ਹੈ ਤਮਾਮ ਮੁਮਿਨੀਨ ਅਗੇ ਸ਼ਿਰਕਤ ਦੀ ਅਪੀਲ ਹੈ 18 ਸਫਰ ਮੁਜ਼ਫਰ ਮਲਕੁਲ ਮਿਰਜ਼ਾ ਸਲਾਨਾ ਮੈਂ ਸਿਆਜ਼ਾ ਰਹੀ ਹੈ ਤਮਾਮ ਮੁਮਿਨੀਨ ਅਗੇ ਸ਼ਿਰਕਤ ਦੀ ਅਪੀਲ ਸਲਵਾਤ ਉੱਚੀ ਆਵਾਜ਼ ਦੇ ਨਾਲ ਪੜੋ الله الرحمن الرحيم اللهم كل وليك الحجة ابن الحسن عليه السلام صلواتك عليه وعلى آبائه في هذه الساعة وفي كل ساعة من ساعة الليل والنهار وليا وحافظا وقائدا وناصرا ودليلا وعينا حتى تسكنه ارزاقا طوعا وتمتع اهو فيها طويلا يا رب محمد وآل محمد صل على محمد وآل محمد وعجل فرج آل محمد يا مولاتي يا سيدة طوغيسيني ਯਾ ਮੌਲਤੀ ਯਾ ਸੈਯਦਤੋਂ ਆਗੀ ਸੀਨੀ ਯਾ ਮੌਲਤੀ ਯਾ ਸੈਯਦਤੋਂ ਆਗੀ ਸੀਨੀ ਸਲਵਾਤ ਸਾਰੇ ਸਾਹਿਬਾਨ ਬਾਬਾ ਜ਼ੇ ਬੁਲੰਦ ਪੜਦੇ ਹਾਂ ਅਲਹਮਦੁਲਿਲਾ ਬਾਬਾ ਜੀ ਦਾ ਹੁਕਮ ਹੈ ਤੁਹਾਡੇ ਚਿਹਰਿਆਂ ਦੀ ਜ਼ਿਆਰਤ ਹੋ ਗਈ ਇਹ ਜਿਹੜੇ ਦੂਰ ਬੈਠੇ ਹੋ ਥੋੜ੍ਹੇ ਥੋੜ੍ਹੇ ਨੇੜੇ ਨਹੀਂ ਹੋ ਜਾਂਦੇ ਲੰਬੀ ਮਜਲਿਸ ਮੈਂ ਕੋਈ ਨਹੀਂ ਪੜ੍ਹਨੀ ਬਸ ਆਸਾਨੀ ਨਾਲ ਬਾਤ ਤੁਹਾਡੇ ਤਾਈਂ ਪਹੁੰਚ ਜਾਵੇ ਆਪਣੇ ਆਪਣੇ ਟਰਾਇਲ ਦੇ ਵਾਸਤੇ ਅੱਲਾਹ ਦੀ ਬਾਰਗਾਹ ਦੇ ਵਿੱਚੋਂ ਬਿਹਤਰੀਨ ਅਜਰ ਦੀ ਖਾਤਰ ਬਿਮਾਰਾਂ ਦੀ ਸ਼ਿਫਾਯਾਬੀ ਵਾਸਤੇ ਆਪਣੇ ਆਪਣੇ ਘਰਾਂ ਤਰ੍ਹਾਂ ਤੰਦ ਨਜ਼ੂਰ ਵਾਸਤੇ ਜਿਤਨੀਆਂ ਦਵਾਈ ਦਿਲ 'ਚ ਲੈ ਕੇ ਆ ਬੈਠੋ ਸਾਰੀਆਂ ਦੀ ਮੁਸਤਜਾਬੀ ਵਾਸਤੇ ਸਲਵਾਤ ਇੱਕੋ ਪੜੋ ਬਾਜਮਾ ਦੂਜੀ ਆਵਾਜ਼ ਨਾਲ ਪੜ ਦਿਓ ਸਲਾਮ ਹੈ ਤੁਹਾਡੇ ਅਕੀਦੇ ਨੂੰ ਸਲਾਮ ਹੈ ਤੁਹਾਡੀ ਅਜ਼ਮਤ ਨੂੰ ਉਹ ਜਾਈ ਵਸੈਣ ਉਹ ਵਿਹੜੇ ਵਸੈਣ ਜਿੱਥੇ ਪਾਕ ਬਤੂਲ ਦੇ ਪੁੱਤਰਾਂ ਦਾ ਜ਼ਿਕਰ ਹੁੰਦਾ ਹੈ ਮੈਂ ਮੁਸਾਫਰ ਦੀ ਤੁਹਾਡੇ ਵਾਸਤੇ ਦੁਆ ਹੈ ਇਸ ਪਾਕ ਦਰਬਾਰ 'ਚੋਂ ਕੋਈ ਝੋਲੀ ਖਾਲੀ ਨਾ ਜਾਵੇ ਇੱਕ ਦੁਆ ਮੰਗੀ ਕਰੋ ਇਹ ਜਿਹੜੀ ਅੱਜ ਸਾਰੀ ਦਿਹਾੜੀ ਬਾਰਿਸ਼ ਵਸੀ ਹੈ ਇਹ ਕਦੀ ਕਰਬਲਾ ਵੀ ਵਸ ਹੋਵੇ ਹਾਂ ਇਹ ਤੁਹਾਡੀ ਹਾਏ ਨਹੀਂ ਤੁਹਾਡੀ ਆਮੀ ਨਹੀਂ ਅਸੀਂ ਤਾਂ ਨਾ ਕਿਵੇਂ ਪੜ੍ਹਨਾ ਆਪਣੇ ਟਾਈਮ ਤੋਂ ਪਹਿਲੇ ਹੀ ਮੈਂਬਰ ਭਾਈਆਂ ਦੇ ਹਵਾਲੇ ਕਰ ਦੇਣਾ ਰੋਵੇਣ ਵਾਲਿਓ ਇੱਕ ਹੋਰ ਦੁਆ ਮੰਗਾਂ ਸਵੇਰ ਦੇ ਰੋਂਦੇ ਬੈਠੋ ਤੁਹਾਡਾ ਬਹਿਰਾਣੀ ਅਜ਼ੀਮ ਇਬਾਦਤ ਹੈ ਇੱਕ ਹੋਰ ਦੁਆ ਮੰਗਦਾ ਦੁਆ ਮੰਗੀ ਕਰੋ ਛਲ ਉਸ ਵਿਹੜੇ ਨਾ ਅੱਗ ਨਾ ਲੱਗੇ ਜਿਸ ਵਿਹੜੇ ਵਿੱਚ ਪਾਣੀ ਕੋਈ ਨਾ ਹੋਵੇ ਭਲਾ ਮੈਂ ਤੇਰੀ ਜਵਾਨੀ ਸਲਾਮਤ ਹੋਵੇ ਬੱਚਿਆ ਮਾਂ ਪਿਓ ਨਸੀਬਾਂ ਮੈਂ ਕੜੀਆਂ ਦੀਆਂ ਦੇਖਾਂ ਜਵਾਨ ਜਿਨ੍ਹਾਂ ਦੀ ਹਾਏ ਨਿਕਲੀਏ ਰੋਵੇਣ ਵਾਲੇ ਲੋਕੋਂ ਇਹਨਾਂ ਚਮਾਂ ਪਾਸ ਮੇਰੇ ਮੌਲਾ ਅਲੀ ਅਲੈਹਿ ਸਲਾਮ ਦੀਆਂ ਧੀਆਂ ਦੇ ਖੇਮਿਆਂ ਨੂੰ ਬਹਾ ਲਾਈਏ ਚਾਚਾ ਜੀ ਬਾਹ ਲੱਗੀ ਹੋਈ ਮੇਰੀ ਸਹਿਣ ਵੇਖੀ ਮੈਂ ਤੁਹਾਨੂੰ ਇੰਤਜ਼ਾਰ ਹੀ ਨਹੀਂ ਕਰਵਾਇਆ ਅਤੇ ਤੁਸੀਂ ਬੜੀ ਸੋਹਣਾ ਪਿਆ ਸੁਣਦੇ ਹੋ ਬਿਸਮਿਲ੍ਲਾ ਵੇਖਣਾ ਮੇਰੇ ਪਾਸੇ ਜੀ ਅੱਗ ਲੱਗੀ ਹੋਈ ਮੇਰੀ ਸਹਿਣ ਵੇਖੀ ਨਾ ਜਿਹੜੇ ਧੀਆਂ ਦੇ ਪਿਓ ਬੈਠੇ ਹੋ ਤੁਹਾਨੂੰ ਸਹੀ ਸਮਝ ਆਉ ਸੀ ਧੀ ਤਾਂ ਔਖਾ ਵੇਲਾ ਹੋਵੇ ਕੋਈ ਨਾ ਯਾਦ ਆਵੇ ਪਿਓ ਜ਼ਰੂਰ ਯਾਦ ਆਉਂਦਾ ਜੇ ਸਾਇ ਕੀਤੀ ਹੈ ਮੈਂ ਤੇਰੇ ਵਾਸਤੇ ਮੁਸੱਲੇ ਤੇ ਬਹਿ ਕੇ ਦੁਆ ਕਰੇ ਨਾ ਬਸ ਕੋਈ ਨਹੀਂ ਲੱਗਾ ਮੇਰੀ ਸਹਿਣ ਦਾ ਮੂੰਹ ਨੰਜਬ ਤੋਂ ਫਿਰ ਗਿਆ ਤੇ ਰੋ ਕੇ ਭਈਆ ਦੀ ਆਈ ਨਹੀਂ ਅੱਗ ਬੁਝਦੀ ਤੇਰੀਆਂ ਨਹੀਂ ਆਤਾਂ ਉੱਚੀ ਹਾਏ ਕਰਨਾ ਉੱਚੀ ਹਾਏ ਕਰਨਾ ਸ਼ਾਮ ਦਾ ਵੇਲਾ ਇਸ ਸਮੇਂ ਇਸ ਟਾਈਮ ਦੇ ਨਾ ਇੱਕ ਵੇਣ ਕਰਨ ਲੱਗਾ ਬੀਬੀ ਭਈਆ ਦੀ ਨਹੀਂ ਅੱਗ ਬੁਝਦੀ
ਤੇਰੀਆਂ ਨਹੀਂ ਤੋਂ ਸਾਡੀ ਕਰ ਬਾਬਾ ਇਮਦਾਦ ਬੀਬੀਆਂ ਦੀ ਰਹਿ ਹੋਵੇ ਔਖਾ ਵੇਲਾ ਧੀਆਂ ਤੇ ਆਂਦੇ ਮਾਂ ਪਿਓ ਦੀ ਬਵਿਆਦ ਯਾ ਹੁਸੈਨ ਵਾਹ ਨਾ ਥੱਕਣਾ ਨੀ ਕੰਮ ਨੌਕਰਾਂ ਗੱਲ ਅਗਲੀ ਬੜੀ ਔਖੀ ਮੇਰੀ ਜੀ ਨੌਕਰਾਂ ਬਾਬਾ ਜੀ ਨੌਕਰਾਂ ਬੀਬੀ ਪੈਦੀ ਨਹੀਂ ਅੱਗ ਬੁੱਝਦੀ ਤੇਰੀਆਂ ਧੀਆਂ ਤੋਂ ਸਾਡੀ ਕਰ ਬਾਬਾ ਇਮਦਾਦ ਹੋਵੇ ਔਖਾ ਵੇਲਾ ਧੀਆਂ ਤੇ ਆਂਦੇ ਮਾਂ ਪਿਓ ਦੀ ਬਵਿਆਦ ਗੱਲ ਅਗਲੀ ਬੜੀ ਔਖੀ ਬੀਬੀ ਪਿਆਦਨ ਬਾਬਾ ਬਾਬਾ ਮੈਂ ਤਲੀਆਂ ਮਲ ਮਲ ਥੱਕ ਪਏ ਨਹੀਂ ਅੱਖ ਖੋਲੀ ਸਜਾਦ ਬੀਬੀ ਆਦਨ ਆ ਵੇਖ ਤਾਂ ਸਹੀ ਲੁੱਟੀ ਵੈਂਦੇ ਨੇ ਮੇਰੀ ਧੀ ਦਾ ਸਾਰਾ ਦਾਜ ਭਲਾ ਜੀ ਦੀ ਹਾਏ ਨਿਕਲੀ ਹੈ ਨੌਕਰਾਂ ਜ਼ਿੰਦਗੀ ਦਰਾਜ਼ ਹੋਵੇ ਰੋਵਣ ਵਾਲੇ ਲੋਕੋ ਲਫ਼ਜ਼ ਜੇ ਮੁੱਕੇ ਨਹੀਂ ਸ਼ਰੀਫ ਅਦਾਦਾਰਾ ਹੋ ਬੀਬੀ ਆਦੇ ਲੰਮਾ ਫਿਜ਼ਾ ਆਵਾਜ਼ ਆਉਂਦਾ ਜੀ ਮਰਵਨ ਜੀ ਫਿਜ਼ਾ ਆਵਾਜ਼ ਆਉਂਦਾ ਅੰਮਾ ਤੂੰ ਹੈ ਬੱਚੇ ਸੰਭਾਲ ਮੈਂ ਪਹਿਰਾ ਦੇਵਾਂ ਮੈਂ ਤਾਂ ਰਹਿਣ ਕੁਰਬਾਨ ਕਰਾਂ ਰੋਵਣ ਵਾਲਾ ਬੀਬੀ ਇੱਕ ਸੜੀ ਹੋਈ ਚੋਪ ਚਾਹੀਏ ਬੀਬੀ ਪਹਿਲਾ ਚੱਕਰ ਵੱਲੇ ਤੇਰਾ ਬਹਿਰਾਣੀ ਅਜ਼ੀਮ ਇਬਾਦਤ ਹੈ ਕੋਈ ਤੁਹਾਡਾ ਮੈਂ ਇਮਤਿਹਾਨ ਨਹੀਂ ਲੈਣਾ ਸਰ ਚੌਰੋ ਸੋ ਤੁਹਾਨੂੰ ਜਿਤਨਾ ਸਹਿਣ ਜਾਂਦੇ ਨੇ ਮੇਰੇ ਲਫ਼ ਸਮਝਣਾ ਬੀਬੀ ਪਹਿਲਾ ਚੱਕਰ ਵੱਲੇ ਬੀਬੀ ਆਦਨ ਅਲਾ ਹਾਫਿਜ਼ ਵਲ ਹਫੀਜ਼ ਬੀਬੀ ਦੂਆ ਚੱਕਰ ਵੱਲੀਏ ਬੀਬੀ ਆਦੀ ਅਲਾ ਹਾਫਿਜ਼ ਵਲ ਹਫੀਜ਼ ਮੇਰਾ ਪੜ੍ਹਨ ਸੌਖਾ ਤੇਰਾ ਸੁਣਨ ਸੌਖਾ ਮੇਰੀ ਸਹਿਣ ਦਾ ਪਹਿਰਾ ਦੇਣਾ ਬੜਾ ਔਖਾ ਰੋਵਣ ਵਾਲਾ ਬੀਬੀ ਜਿਹੜਾ ਤ੍ਰੀਆ ਚੱਕਰ ਵੱਲੀਏ ਨਾ ਅੱਲਾਹ ਦੀ ਜ਼ਮੀਨ ਨੂੰ ਜ਼ਲਜ਼ਲਾ ਆਇਆ ਹੈ ਨਜਫ ਮੇਰੇ ਮੌਲਾ ਅਲੀ ਦੀ ਜ਼ਰੀ ਕੰਬੀਏ ਸੱਜਿਓ ਆਦਮ ਨਬੀ ਰੁਨੈ ਖਬਿਓ ਨੂਹ ਨਬੀ ਵੈਣ ਕਰਕੇ ਆਦਾ ਜ਼ਮਾਨੇ ਦਾ ਮੁਸ਼ਕਲ ਕੁਸ਼ਾ ਹੋ ਕੇ ਇਤਨੇ ਬੁਲੰਦ ਵੈਣ ਢਾ ਨਿਕਲੀ ਮੇਰੇ ਇਮਾਮ ਦੀ ਰੋ ਕੇ ਪਿਆ ਦਿਨ ਕਿਵੇਂ ਨਾ ਰੋਵਾਂ ਏਡਾ ਗਰੀਬ ਹੋ ਗਿਆ ਕਰਬਲਾ ਮੇਰੀ ਜ਼ੈਨਬ ਬਾਹਰ ਵਧੀ ਲੈਂਦੀ ਹੈ ਯਾ ਹੁਸੈਨ ਯਾ ਹੁਸੈਨ ਹੈ ਯਾ ਜ਼ਈ ਮੁਹੰਮਦ ਦੇ ਨਾਲ ਲੋ ਜੀ ਖਤਮ ਮੇਰੇ ਹਿੱਸੇ ਦੀ ਪੜ੍ਹਾਈ ਇੱਕ ਵੇਣ ਕਬੂਲ ਫਰਮਾਓ ਰੋਵੇਂ ਨਾਲੋ ਹੈ ਯਾ ਜ਼ਈ ਮੁਹੰਮਦ ਦੇ ਨਾਲ ਮੇਰੇ ਇਮਾਮ ਕਰਬਲਾ ਪਹੁੰਚੇ ਆਲਿਮਾ ਗੈਰ ਮੌਲਮਾ ਮੇਰੀ ਸਹਿਣ ਹੈ ਨਾ ਮੇਰੀ ਸਹਿਣ ਨੂੰ ਇਮਾਮਦ ਦੀ ਖੁਸ਼ਬੂ ਆਈਏ ਜਿਹੜੇ ਧੀਆਂ ਦੇ ਪਿਓ ਬੈਠੋ ਇੱਕ ਵਾਰੀ ਤੁਹਾਡੀ ਹਾਏ ਦੀ ਆਵਾਜ਼ ਮੇਰੇ ਕੰਨ ਤਾਈਂ ਜ਼ਰੂਰ ਆਵੇ ਇੰਜ ਨਾ ਬੀਬੀ ਜ਼ਖਮੀ ਹੱਥ ਦਾ ਇਸ਼ਾਰਾ ਕੀਤਾ ਹੈ ਬੀਬੀ ਆਦੀ ਅੰਮਾ ਉਹ ਜਿਹੜਾ ਘੋੜ ਸਵਾਰ ਨਹੀਂ ਪਿਆਉਂਦਾ ਅੰਮਾ ਹੁਣ ਕੋਈ ਲੁੱਟਣ ਵਾਲਾ ਨਹੀਂ ਹੁਣ ਮੈਂ ਉਜੜੀ ਦਾ ਬਾਬਾ ਆ ਗਿਆ ਤੁਸੀਂ ਸੋਹਣੀ ਹਾਇ ਕੀਤੀ ਹੈ ਮੈਨੂੰ ਬੋਲ ਕੇ ਜਵਾਬ ਦਿਓ ਹੱਕ ਦਬਣਦਾ ਹੀ ਪਿਓ ਵਾਲੇ ਪਾਸੇ ਵਜਿਆ ਮੈਨੂੰ ਮਿੰਬਰ ਦੀ ਕਸਮ ਹੈ ਬੀਬੀ ਬੀਬੀਆਂ ਤੋਂ ਦੌੜੀ ਹੈ ਵਜ੍ਹਾ ਕਿਹੜੀ ਆਈ ਬੀਬੀ ਹੱਕਲ ਮਾਰ ਕੇ ਆ ਜਾਣ ਹੈ ਬੀਬੀਆਂ ਕਹਿ ਕੋਲ ਕੋਈ ਚਾਦਰ ਬੱਚੀ ਆਈ ਆਵੇ ਯਾ ਹੁਸੈਨ ਯਾ ਹੁਸੈਨ ਹੁਣ ਸ਼ਰਮ ਨਾ ਕਰਨਾ ਹੱਥ ਆਜ਼ਾਦ ਕਰੋ ਜਿਤਨੇ ਮਾਤਮੀ ਹੱਥ ਆਜ਼ਾਦ ਕਰਨਾ ਮੈਂ ਮਾਤਮ ਦੇ ਦਾਦ ਦਾ ਜੁਮਲਾ ਪਿਆਦਾ ਇੱਕ ਬੰਦਾ ਹੀ ਬੋਲ ਕੇ ਜਵਾਬ ਦੇਵੇ ਚਾਦਰ ਮਿਲੀ ਬੋਲੋ ਸਾਰੇ ਚਾਦਰ ਤਾਂ ਹੈ ਹੀ ਕੋਈ ਨਾ ਕਰੋ ਸਵਾਲ ਸ਼ਫਕਤ ਬਾਸ ਫਿਰ ਪਰਦਾ ਕਿਵੇਂ ਬਣਿਆ ਇਹ ਜ਼ਮਾਨਾ ਸਾਡੇ ਤੇ ਇਤਰਾਜ਼ ਕਰਦਾ ਹੈ ਸ਼ੀਆ ਸੁੰਨੀ ਸ਼ਾਮੇ ਗਰੀਬਾਂ ਦੀ ਸ਼ਾਮ ਬੱਤੀਆਂ ਬੁਝਾ ਦਿੰਦੇ ਨੇ ਜਿੱਥੇ ਜਿੱਥੇ ਪੜਿਆ ਮੈਂ ਜ਼ਮਾਨੇ ਨੇ ਇਤਰਾਜ਼ ਦਾ ਜਵਾਬ ਦੇਣਾ ਆਏ ਹਾਏ ਕਰਕੇ ਨਾ ਸਾਰੇ ਸਾਜੀ ਜ਼ਮਾਨੇ ਨੇ ਇਤਰਾਜ਼ ਦਾ ਜਵਾਬ ਦੇਵੀਏ ਚਾਦਰ ਤਾਂ ਹੈ ਹੀ ਕੋਈ ਨਾ ਫਿਰ ਪਰਦਾ ਕਿਵੇਂ ਬਣਿਆ ਹੁਣ ਬੀਬੀ ਚੰਦ ਇਸ਼ਾਰਾ ਕਰਕੇ ਪਿਆ ਦੀ ਤੂੰ ਛੁੱਪ ਜਾ ਸਿਰ ਤੇ ਬੁਰਖਾ ਕੋਈ ਨਹੀਂ ਮੈਨੂੰ ਬਾਬਾ ਮਿਲਣ ਆ ਗਿਆ ਹੈ ਮਰਹਬਾ ਮਰਹਬਾ ਰੋਵਣ ਵਾਲੇ ਲੋਕੋ ਬੀਬੀ ਆਦੀ ਤੂੰ ਛੁੱਪ ਜਾ ਸਿਰ ਤੇ ਬੁਰਖਾ ਕੋਈ ਨਹੀਂ ਮਿਲ ਬੇਕੇ ਮਿਲਣ ਮਰਹਬਾ ਮਰਹਬਾ ਨਾ ਥੱਕਣ ਵਾਲੀ ਕੌਮ ਰੋਵਣ ਵਾਲੇ ਹੁਣ ਮੇਰੇ ਇਮਾਮ ਹਰ ਬੀਬੀ ਨੂੰ ਮੁਕਾਉਣ ਦੇਵਣੀ ਕੀਤੀ ਹਰ ਬੀਬੀ ਦੀ ਮੁਕਾਉਣ ਨਹੀਂ ਫਕਤ ਤੂੰ ਬੀਬੀਆਂ ਦੀ ਮੁਕਾਉਣ ਕਬੂਲ ਫਰਮਾਓ ਇੱਕ ਜਾਂ ਦੋ ਮਿੰਟ ਵੇਖਣਾ ਮੁਕਾਉਣ ਦਿੰਦੇ ਆਉਂਦੇ ਨੇ ਮੁਕਾਉਣ ਦਿੰਦੇ ਆਉਂਦੇ ਨੇ ਯਕਦਮ ਮੇਰੇ ਇਮਾਮ ਦੇ ਨਿਕਲੀ ਢਾ ਸ਼ਰੀਫਾਂ ਜਿਵੇਂ ਧੀਆਂ ਦੀ ਇੱਜ਼ਤ ਪਿਆਰੀ ਹੁੰਦੀ ਹੈ ਨਾ ਵੱਧ ਕੇ ਨੂੰਹਾਂ ਦੀ ਇੱਜ਼ਤ ਪਿਆਰੀ ਹੁੰਦੀ ਹੈ ਢਾ ਨਿਕਲੀ ਮੇਰੇ ਇਮਾਮ ਦੀ ਮਿੱਟੀ ਤੇ ਜਾਣ ਪੈ ਸਾਦਾ ਤੋਂ ਮਾਫੀ ਮੰਗ ਕੇ ਹੌਲੇ ਹੌਲੇ ਲੱਭ ਹਿੱਲੇ ਆਵਾਜ਼ ਪਿਆਉਂਦਾ ਲੈਲਾ ਦੀ ਇੱਕ ਵਾਰੀ ਉੱਚੀ ਹਾਇ ਕਰਨਾ ਲੈਲਾ ਦੀ ਤੇਰੇ ਅਕਬਰ ਦੇ ਅਰਮਾਨ ਆਵਾਜ਼ਾਂ ਦੇ ਰਬਾਬ ਦੀ ਤੇਰੇ ਅਸਗਰ ਦੇ ਅਰਮਾਨ ਭਲਾ ਹੋਵੇ ਸ਼ਰਮ ਨਾ ਕਰਨਾ ਨਜ਼ਰੇ ਲੰਨਿਆ ਤੇ ਹੁਸੈਨ ਭਾਈ ਜਾਨ ਹਰ ਬੀਬੀ ਮੁਕਾਨ ਛੱਲੀਏ ਸਾਰਿਆਂ ਤੋਂ ਆਖਰ ਤੇ ਹੁਸੈਨ
बादशाह दी जख्मी कन्ना दी धी लगे आए मत्थे ते हाथ नहीं कन्ना ते हाथ रोक पया दिए मोमना दा मीर मैं गरीब दी धी दा सलाम होई सलाम करके बीबी वापस टुर पये सैयदा दे दादे दे नाल नाराज अधिये गल दादा नाराजगी दी कोई नहीं गल दा यकीन हो गया सैयदा अमीर प्यो दी धी है मैं गरीब प्यो दी धीया आवाज आ अपनी धी है ककल दी है न जो छोड़ के लगाया है ओए ले केड़ी मजबूरी आया जेड़े वले सरबा पया चल दिया या हुसैन या हुसैन नौकरा हो गया मेरे हिस्से दगरी आखरी वेण करे ना रोवे डल रो तो सुनी फिराई कौन जितने मातमियों एक बारी हाथ जाके सिर ते रखो हाथ जाके सिर ते रखना मेरे इमाम पोतरी नुशा जी हां ना लाया प्यार पकड़े ने आयन या चेहरे ते निगाह बह गई सैयदा दिन मासूम तेरे चेहरे ते नीले कल दाग केड़े शजी दादे दे गल लग ये उच्चा वैण कर गया दिया क्या दसावा अली अकबर दी जागीर दे विच मैनु शिमर तमा जे मारे मैं लाश पियोनो अला अला नतुल्ला है।